ਆਪ ਨਾਲ ਜਿਹਨੇ ਝਗੜਾ ਕਰ ਲਿਆ ਅੱਲਾਹ ਅੱਲਾਹ ਇਹੀ ਮਸਲਾ ਮੌਲਵੀ ਤੋਂ ਪੁੱਛ ਲਿਆ ਅਤੇ ਮੌਲਵੀ ਨੇ ਵੀ ਉਹੀ ਕੱਢਣਾ, ਅਸੀਂ ਪਹਿਲਾਂ ਤੋਂ ਇਹ ਪੜ੍ਹ ਲਿਆ ਕਿ ਬਾਪ ਨੂੰ ਨਾਰਾਜ਼ ਨਹੀਂ ਕਰਨਾ ਚਾਹੀਦਾ। ਉਹਨੇ ਦੋਨੇ ਮੁੰਡੇ ਬਾਹਰ ਵੀ ਘੱਲੇ ਆ ਛੋਟੇ, ਮਗਰੋਂ ਜਾਇਦਾਦ 'ਚੋਂ 6 ਕਿੱਲੇ ਵੇਚ ਕੇ ਬਾਹਰ ਵੀ ਘੱਲੇ ਉਹ ਸਾਊਦੀਆ, ਅਤੇ ਉਹਦੇ ਵਿੱਚ ਆਪ ਵੀ ਹੱਜ ਕਰਕੇ ਆਇਆ, ਸਕੂਲ ਪੈਸੇ ਥੋੜ੍ਹੇ ਥੋੜ੍ਹੇ ਸਾਨੂੰ ਵੀ ਦੇ ਦਿੱਤੇ। ਅਸੀਂ ਇਹ ਵੀ ਨਹੀਂ ਕਹਿੰਦੇ ਨਹੀਂ ਦਿੱਤੇ, ਅਸੀਂ ਕਿਹਾ ਸੀ ਬਕਾਇਆ ਮੁਸ਼ਤਰਕਾ ਰਲਣੀ ਚਾਹੀਦੀ ਹੈ ਬਾਪ ਤੈਨੂੰ ਇਜਾਜ਼ਤ ਆ। ਕਹਿੰਦਾ ਸੀ ਮੈਂ ਪਲਾਜ ਕਰਾਈ ਹੈ, ਮੈਂ ਜ਼ਮੀਨ ਕੁਰਕੀ ਹੁੰਦੀ ਹੈ ਅਤੇ ਮੈਂ ਵੀ 2 ਕਿੱਲਾ ਵੇਚਣ ਲੱਗਾ। ਅਸੀਂ ਕਿਹਾ ਜਿੱਦਾਂ ਖੁਸ਼ ਹੋਵੇ ਪੂਰਾ ਹੁੰਦਾ ਉਵੇਂ ਕਰ ਲਓ, ਜੇ ਸਾਰੀ ਵੇਚਣੀ ਕੁਰਕੀ ਹੁੰਦੀ ਸਾਰੀ ਜਾ, ਸਾਨੂੰ ਕੋਈ ਇਤਰਾਜ਼ ਨਹੀਂ। ਜੇ ਬਰਾਬਰ ਦੂਜਿਆਂ ਭਰਾਵਾਂ ਨੂੰ ਰਹਿ ਗਈ ਨਾ ਕੋਈ ਚੀਜ਼ ਤਾਂ ਫਿਰ ਸਾਡਾ ਇਤਰਾਜ਼ ਆਏਗਾ, ਸਾਰਿਆਂ ਨੂੰ ਬਰਾਬਰ ਦਾ ਦੇ। ਹਾਂ ਬਰਾਬਰ ਰੱਖੀ, ਬੜੀ ਗੱਲ ਹੈ ਯਾਰ। ਇਹ ਤਾਂ ਗੱਲ ਕਹੀ ਨਹੀਂ ਵੀ ਸਾਨੂੰ ਦੇ, ਇਹ ਕਿਹਾ ਬਰਾਬਰ ਰਵੇ ਤੁਹਾਡੇ ਨਾਲ। ਉਹਨਾਂ ਨੇ ਆਪਣੇ ਨਾਂ ਤੋਂ ਚੁੱਕ ਕੇ ਉਹਨਾਂ ਦੇ ਨਾਂ ਕਰਾਈ, ਉਹਦੇ ਮੇਰਾ ਐਕਸੀਡੈਂਟ ਹੁੰਦਾ ਉਸੇ ਤਰੀਕ ਦੀ ਨਾ ਹੋਣ ਲਈ ਉਹਨਾਂ ਦਾ ਨਾਂ ਕਰਵਾ ਦਿੱਤੀ, ਉਹਨਾਂ ਦੇ ਨਾਂ ਕਰਾ ਦਿੱਤੀ ਇਸੇ ਤੋਂ। ਐਕਸੀਡੈਂਟ ਸਾਰੇ ਗੇੜੇ ਲਾਉਂਦੇ ਵੀ ਉਹਨਾਂ ਨੇ ਕਰਾਇਆ ਤਾਂ ਹੋਇਆ, ਪੈਸੇ ਦੇ ਕੇ ਵਿੱਚ ਮਰਵਾਇਆ ਜਾਂ ਉੱਦਾਂ ਉਹਨਾਂ ਦਾ ਕੋਈ ਸੱਜਣ ਪੂਣਾ ਹੋਏਗਾ। ਪੱਕੀ ਤੋਂ ਬਿਲਕੁਲ ਸਾਈਡ 'ਤੇ ਆ ਗੱਡੀ ਖਲੋਤੀ, ਇਹਦੇ ਵਿੱਚ ਆਉਣ ਕਿਉਂ, ਚਲੋ ਮਾੜਾ ਜਿਹਾ ਕੋਨਾ ਇਹਦਾ ਤਾਂ ਹੈਗਾ, ਪੱਕੀ ਪੂਰੀ ਸਾਈਡ 'ਤੇ ਹੋਵੇ ਤਾਂ ਫਿਰ ਵਿੱਚ ਆਉਣਗੇ ਚੀਜ਼ ਉਹ ਕਿਵੇਂ ਵੱਜੇ। ਉਹ ਇਹ ਗੇੜ ਬਹੁਤ ਲਾਉਂਦੇ, ਉਹ ਵੀ